ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਮਸਰਾ ਮੂੰਗੀ ਦੀ ਦਾਲ ਬਣਾਉਣ ਲੱਗੀ ਹਾਂ। ਇਹਨੂੰ ਮੈਂ ਹੁਣ ਥੋੜ੍ਹਾ ਚਿਰ ਪਹਿਲਾਂ ਭਿਉਂਗੀ। ਇਸ ਤਰ੍ਹਾਂ ਇਹਦੇ ਵਿੱਚ ਮੈਂ ਪਾਣੀ ਪਾ ਦਿੱਤਾ ਹੈ। ਇਹਨੂੰ ਆਪਾਂ ਅੱਧਾ ਕੁ ਘੰਟਾ ਇਸ ਤਰ੍ਹਾਂ ਰੱਖ ਲਵਾਂਗੇ, ਅਤੇ ਬਾਅਦ 'ਚ ਇਹਨੂੰ ਬਣਾਉਂਦੇ ਹਾਂ। ਹੁਣ ਮੈਂ ਦਾਲ ਨੂੰ ਤੁੜਕਾ ਲਾਉਂਦੀ ਹਾਂ। ਦਾਲ ਨੂੰ ਮੈਂ ਇੱਕ ਘੰਟਾ ਭਿੰਨਤਾ ਆ। ਇਹਨੂੰ ਹੁਣ ਆਪਾਂ ਇੱਕ ਘੰਟਾ ਭਿੰਨਤਾ, ਇਹਨੂੰ ਆਪਾਂ ਵੈਸੇ ਨਹੀਂ ਬਾਲਣਾ ਹੈਗਾ। ਆਪਾਂ ਇਹਨੂੰ ਪਿਆਜ਼ਾਂ ਦੇ ਵਿੱਚ ਜਿੱਦਾਂ ਦੂਸਰੀਆਂ ਸਬਜ਼ੀਆਂ ਨੂੰ ਤੁੜਕਾ ਲਾਈਦਾ ਨਾ, ਇਸ ਤਰ੍ਹਾਂ ਹੀ ਲਾਵਾਂਗੇ। ਮੈਂ ਪਿਆਜ਼ ਕੱਟ ਲਿਆ, ਅਦਰਕ ਲਸਣ ਟਮਾਟਰ ਔਰ ਦੋ ਮਿਰਚੇ ਹਰੀਆਂ ਪਾਈਆਂ ਆ, ਕਿਉਂਕਿ ਜਦੋਂ ਆਪਾਂ ਦਾਲ ਖਾਂਦੇ ਨਾਲ ਆਪਾਂ ਵੈਸੇ ਹਰੀ ਮਿਰਚ ਖਾਣ ਨੂੰ ਵਾਸਤੇ ਮਨ ਕਰਦਾ ਵਾ। ਧਨੀਆ ਪਾਵਾਂਗੇ ਅਤੇ ਹੁਣ ਆਪਾਂ ਤੁੜਕਾ ਲਾਉਣਾ ਸ਼ੁਰੂ ਕਰਦੇ ਹਾਂ। ਕੜਾਹੀ ਆਪਣੀ ਗਰਮ ਹੋਈ ਪਈ ਆ ਅਤੇ ਆਪਾਂ ਹੁਣ ਇਹਦੇ ਵਿੱਚ ਆਇਲ ਪਾਉਂਦੇ ਹਾਂ। ਇਹਨੂੰ ਆਪਾਂ ਹਲਕਾ ਬਰਾਊਨ ਕਰਨਾ ਲਸਣ ਨੂੰ, ਨਹੀਂ ਤਾਂ ਫਿਰ ਦਾਲ 'ਚੋਂ ਲਸਣ ਦੀ ਸਮੈਲ ਹੋਰ ਤਰ੍ਹਾਂ ਦੀ ਆਉਂਦੀ ਹੈ ਜੀ ਕੱਚੇ ਦੀ। ਹੁਣ ਆਪਾਂ ਪਿਆਜ਼ ਪਾ ਦਿੰਦੇ ਹਾਂ। ਹੁਣ ਆਪਾਂ ਇਹਨੂੰ ਭੁੰਨਦੇ ਹਾਂ। ਬਾਅਦ ਵਿੱਚ ਆਪਾਂ ਆਪਾਂ ਟਮਾਟਰ ਅਤੇ ਮਿਰਚਾਂ ਜਿਹੜੀਆਂ ਕੱਟੀਆਂ ਹੋਈਆਂ ਉਹ ਪਾਵਾਂਗੇ। ਹੁਣ ਆਪਾਂ ਟਮਾਟਰ ਅਤੇ ਹਰੀ ਮਿਰਚ ਪਾ ਦਿੰਦੇ ਕਰਕੇ ਤੜਕਾ ਲਾਉਣੀ ਜ਼ਿਆਦਾ ਸ਼ੁਰੂ ਕਰਦੀ। ਆਪਾਂ ਲੂਣ ਪਾ ਦਿੰਦੇ ਹਾਂ ਸਵਾਦ ਅਨੁਸਾਰ, ਥੋੜ੍ਹਾ ਹੀ ਲੂਣ ਪਾਉਣਾ ਚਾਹੀਦਾ ਹੈ। ਆਪਾਂ ਇਹਨੂੰ ਫਰਾਈ ਕਰਦੇ ਹਾਂ, ਫਿਰ ਆਪਾਂ ਦਾਲ ਖਾਂਦੇ। ਜਦੋਂ ਆਪਾਂ ਦਾਲ ਇੱਦਾਂ ਬਣਾਉਣੀ ਹੁੰਦੀ ਨਾ, ਆਪਾਂ ਨੂੰ ਜ਼ਿਆਦਾ ਨਹੀਂ ਨਾ ਪਿਆਜ਼ ਜ਼ਿਆਦਾ ਭੁੰਨੇ ਹੁੰਦੇ ਆ ਅਤੇ ਨਾ ਟਮਾਟਰ, ਜਿਹੜੇ ਖੜਵੇ ਵੀ ਰੱਖਣੇ ਹੁੰਦੇ ਆ। ਦੋ ਹੀ ਆਪਣੇ ਮਸਾਲੇ ਆ, ਜੀਰਾ ਪਾਊਡਰ, ਧਨੀਆ ਪਾਊਡਰ। ਹੁਣ ਆਪਾਂ ਪਾਵਾਂਗੇ ਹਲਦੀ। ਆਪਾਂ ਦੇਗੀ ਮੈਸ ਵਗੈਰਾ ਕੁਛ ਨਹੀਂ ਕਰਨਗੇ। ਫਿਰ ਉਸ ਤੋਂ ਵੀ ਆਪਾਂ ਇਸ ਤਰ੍ਹਾਂ ਮੂੰਗੀ ਦੀ ਦਾਲ ਬਣਾਵਾਂਗੇ। ਹੁਣ ਆਪਾਂ ਦਾਲ ਪਾ ਦਿੰਦੇ ਹਾਂ। ਪੰਜ ਮਿੰਟ 'ਚ ਆਪਣੀ ਦਾਲ ਬਣ ਕੇ ਤਿਆਰ ਹੋ ਜਾਣੀ ਹੈ। 5 ਮਿੰਟ ਹੁਣ ਆਪਾਂ ਇਹਨੂੰ ਰਹਿਣ ਦੇ ਹਾਂ। ਹੁਣ ਆਪਾਂ ਦਾਲ ਚੈੱਕ ਕਰਦੇ ਹਾਂ। ਇਹ
दो चार मिनट पानी और रहने, फिर आप वेटिंग करेंगे। आप दाल देख रहे हो, दाल अपनी पानी से तैयार है, घुल गई है चंगी तरह। आप धनिया पा दें, मैं मक्की की रोटी के नाल खाऊंगी, नाल दो चार हरिया मिर्चा खावे। तो इन आप थोड़ा जहा 5 मिनट ढक देने, गैस कर दें बंद। 5 मिनट बाद आप मक्की की रोटी मैं बना ली है, रोटी खाने। दाल अपनी बन गई है, मैं ये मक्की रोटी बनाई, थोड़ा जहा प्याज हरी मिर्च, तो मैं थोड़ा जहाँ थोड़ी मलाई पाई, क्योंकि मेरी मलाई फेवरेट है। मैं हर सब्जी हर दाल च मलाई पा के ही खानी हाँ। तो अपनी दाल हम बन गई, बह के आप रोटी खाने। दाल अपनी बन के तैयार है, तो हम आप एक चमचा देसी घी का पावे, क्योंकि मैं जी खानी मुझे मलाई पाई है। तो दाल अपनी बन के तैयार है, हम आप बह के रोटी खाने। तो मेरी वीडियो वधिया लगती है तो इनू लाइक करो, शेयर करो, बद तो बद शेयर करो और सबसक्राइब करो और कॉमेंट भी जरूर करो।